चलो चलिए सचखंड चरण गंगा, जिथे आदि धर्म दी बात होवे। चलो चलिए सचखंड चरण गंगा, जिथे आदि धर्म दी बात होवे। ए सच्चा सुच्चा दर दाता, ना जात होवे ना पात होवे। चलो चलिए सचखंड चरण गंगा, जिथे आदि धर्म दी बात होवे। चलो चलिए सचखंड चरण गंगा, जिथे आदि धर्म दी बात होवे। ये पवित्र स्थान तहसील गढ़शंकर जिला हुशियारपुर दिया मनमोह शिवालिक दिया पहाड़ियां च सुशोभित है। सचखंड श्री खुरालगढ़ साहब विखे श्री गुरु रविदास जी महाराज लुकाई दा उधार करन लई 4 साल 2 महीने 11 दिन रहे। श्री गुरु रविदास जी दुनिया दे उधार लई सचखंड खुरालगढ़ साहब विखे रह रहे सन ते हमेशा प्रभु दी बंदगी च लीन रहिंदे सन। ये इलाका गुरु जी दी कृपा नाल खुशहाल होण लगा। गुरु जी की अपार कृपा नाल बह रहे झरने ते सरोवर च संगत इशनान करके अपना जीवन सफला करती है। संगतां दी सहूलत ले लंगर निरंतर चलता है, जिथे देश विदेश तो श्रद्धालु अपना वध तो वध योगदान पाते रहते हैं। देश विदेश तो इत्थे हर रोज संगत नतमस्तक होके गुरु घर दीआं खुशियां प्राप्त करती है। इत्थे सरोवर ते इमारत दा निर्माण शुरू है, जिस लई देश विदेश की संगत अपना योगदान ते सेवा कर रही है। सारा दिन इत्थे श्री गुरु रविदास जी की महिमा दे गुणगान हुंदे हन। गुरु घर की कमेटी के मुख्य काम हैं समाज में फैलियां बुराइयां दूर करना, खूनदान कैंप अखां दे कैंप लगाने आदि हैं। इत्थे मेडिकल कॉलेज ते तकनीकी कॉलेज खोलण दा विचार है। इस दे नाल ही सब धर्मां दा सत्कार करदे होए श्री गुरु रविदास महाराज दे मिशन बेगमपुरा नूं घर घर पहुंचाउणा है। गुरु घर बारे ताजा जानकारी लई महीनावार पेपर आ धर्म पत्रिका भी शुरू कीता गया है। बोले सो नरभय सतगुरु रविदास महाराज की जय। गुरु प्यारी साध संगत जीओ, सतगुरु रविदास महाराज जी बनारस की धरती तो मीरां बाई की बेनती ते श्री खुरालगढ़ साहब विखे पहुंचे, जिथे उन्होंने अपने सज्जे पैर के अंगूठे 13 अप्रैल 1515 ईस्वी नूं चरण छो गंगा प्रगट की। उस दा इतिहासक सच गीतकार श्रीमान सतीश दर्दी जी अते बहुत इस्तकारयोग गायक रमेश नुस्सीवाल जी पेश कर रहे हैं। घर दर्शन आई है जी, घर दर्शन आई है जी, खुराल घर जाके खुराल घर जाके चरनी शीस निवाइए जी, चरनी शीस निवाइए जी, चरनी शीस निवाइए जी, खुराल घर जाके खुराल घर जाके जाके खुराल घर जाके दर्शन आई।
ਸਤਿਗੁਰੂ ਰਵਿਦਾਸ ਮਹਾਰਾਜ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਅੱਜ ਵੱਡੇ ਭਾਗਾਂ ਵਾਲੇ ਹਾਂ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਉਹ ਪਾਵਨ ਧਰਤੀ ਇਤਿਹਾਸਕ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਅੱਜ ਤੋਂ ਲਗਭਗ 550 ਸਾਲ ਪਹਿਲਾਂ ਇਹ ਚਰਨਛੋ ਗੰਗਾ ਜੋ ਆਪਣੇ ਚਰਨਾਂ ਦੇ ਨਾਲ ਚਲਾਈ ਹੈ, ਸਾਰੀਆਂ ਸੰਗਤਾਂ ਨੇ ਦਰਸ਼ਨ ਇਸ਼ਨਾਨ ਵੀ ਕੀਤੇ ਹੈ, ਔਰ ਪਵਿੱਤਰ ਜੋ ਸਰੋਵਰ ਸਾਹਿਬ ਹੈ ਗੁਰੂ ਮਹਾਰਾਜ ਦਾ, ਸਾਰਿਆਂ ਨੇ ਦਰਸ਼ਨ ਕਰਨ ਤੋਂ ਉਪਰੰਤ ਸਾਰੀਆਂ ਸੰਗਤਾਂ ਦਰਬਾਰ 'ਚ ਇਕੱਠੀਆਂ ਹੋਈਆਂ, ਔਰ ਸਤਿਗੁਰੂ ਮਹਾਰਾਜ ਦੀ ਜੋ ਬਾਣੀ ਹੈ, ਜੋ ਉਹਨਾਂ ਦੇ ਉਪਦੇਸ਼ ਹੈ, ਜੋ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਉਸ 'ਤੇ ਪੂਰਨ ਆਪਾਂ ਚੱਲਣਾ ਹੈ ਸਾਰਿਆਂ ਨੇ, ਕਿਉਂਕਿ ਗੁਰੂ ਮਹਾਰਾਜ ਦੀ ਵਿਚਾਰਧਾਰਾ ਸਮਾਨਤਾ, ਸੁਤੰਤਰਤਾ, ਭਾਈਚਾਰੇ ਦੇ ਪ੍ਰਤੀਕ ਹੈ। ਕਿਉਂਕਿ ਇਤਿਹਾਸਕਾਰ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਇਸ ਬਾਣੀ ਦੇ ਵਿੱਚ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ, ਚਾਹੇ ਉਹ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਬਾਣੀ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਔਰ ਗੁਰੂ ਮਹਾਰਾਜ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਚਾਰੇ ਵਰਨਾਂ ਨੂੰ ਉਪਦੇਸ਼ ਦੇ ਕੇ ਆਪਣੇ ਚਰਨਾਂ ਚਲਾਇਆ ਹੈ। ਕਿਉਂਕਿ ਅੱਜ ਤੋਂ ਸਦੀਆਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਬਹੁਤ ਛੂਆ ਛਾਤ ਦੇ ਮੁਤਾਬਕ ਸਤਿਗੁਰੂ ਮਹਾਰਾਜ ਜੀ ਅਵਤਾਰ ਧਾਰਨ ਕੀਤਾ, ਔਰ ਜੋ ਉੱਚ ਜਾਤੀ ਦੇ, ਚਾਹੇ ਉਹ ਠਾਕਰ ਸੀ ਚਾਹੇ ਉਹ ਬ੍ਰਾਹਮਣ ਸੀ, ਗੁਰੂ ਮਹਾਰਾਜ ਦੇ ਚਰਨਾਂ 'ਚ ਡੰਡੌਤ ਕਰਕੇ ਉਹ ਚਰਨਾਂ ਦੇ ਵਿੱਚ ਆਏ, ਔਰ ਗੁਰੂ ਮਹਾਰਾਜ ਜੀ ਤੋਂ ਜੋ ਨਾਮਦਾਨ ਦੀ ਬਖਸ਼ਿਸ਼ ਹੈ ਉਹ ਪ੍ਰਾਪਤ ਕੀਤੀ। ਔਰ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਬਾਣੀ ਦੇ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜਿਹ 'ਚ ਅੰਕਿਤ ਹੈ, ਕੱਟ ਅਵ ਕੱਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰੱਖ ਮਰਾਰ, ਕੋ ਵਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਰਹਾਉ, ਹੋ ਵਨਜਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਤਨ ਲਾਦਿਆ ਬਿਖ ਲਾਦੀ ਸੰਸਾਰ, ਉਰ ਪਾਰ ਵਾਰ ਕੇ ਦਾਨੀਆਂ ਲਿਖ ਲੈ ਆਲ ਪਤਾਲ, ਮੋਇ ਜਮ ਡੰਡ ਨਾ ਲਾਗੀਏ ਤਜੀਲੇ ਸਰਬ ਜੰਜਾਲ, ਜੈਸਾ ਰੰਗ ਸੁਮਕਾ ਤੈਸਾ ਏ ਸੰਸਾਰ, ਮੇਰੇ ਰਮਈਏ ਰੰਗ ਮਜੀਟਕਾ ਕਹਿ ਰਵਿਦਾਸ ਚਮਾਰ। ਇਸ ਸ਼ਬਦ ਦੇ ਮੁਤਾਬਕ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਦੇ 'ਚ ਸਾਨੂੰ ਫਰਮਾਇਆ ਹੈ ਵੀ ਸਮੁੱਚੀ ਮਾਨਤਾ ਨੂੰ ਦੇ ਦਿੰਦੇ ਹਨ ਪਰਮਾਤਮਾ ਦੀ ਪ੍ਰਾਪਤੀ ਅਤੇ ਸੰਸਾਰੀ ਝੂਠੇ ਬੰਧਨਾਂ ਕਾਰਨ ਜੋ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਉਹ ਤੋਂ ਮੁਕਤੀ ਲੈਣ ਵਾਸਤੇ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇਸ ਸ਼ਬਦ ਦੇ ਵਿੱਚ ਸਮਝਾਇਆ ਹੈ। ਉਹਨਾਂ ਨੇ ਕਿਹਾ ਹੈ ਕੋ ਮਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਨਾਮ ਦਾ ਭਰਿਆ ਹੋਇਆ ਗੱਡਾ ਅੱਜ ਮੈਂ ਲੈ ਕੇ ਘੁੰਮ ਰਿਹਾ ਹਾਂ, ਜਿਸ ਨੇ ਵੀ ਕੋਈ ਨਾਮਦਾਨ ਦੀ ਪ੍ਰਾਪਤੀ ਕਰਨੀ ਹੈ ਇਹ ਮੇਰੇ ਕੋਲੋਂ ਕਰ ਸਕਦਾ ਹੈ, ਜਿਸ ਨੇ ਕੋਈ ਸੱਚਾ ਵਪਾਰ ਕਰਨਾ ਹੈ ਉਹ ਮੇਰੇ ਕੋਲ ਆ ਕੇ ਕਰ ਸਕਦਾ ਹੈ, ਕਿਉਂਕਿ ਬਿਕ ਲਾਦੀ ਸੰਸਾਰ ਦੁਨੀਆ ਜ਼ਹਿਰ ਵੰਡ ਰਹੀ ਹੈ, ਦੁਨੀਆ ਜ਼ਹਿਰ ਵੇਚ ਰਹੀ ਹੈ। ਅੱਜ ਦੇਸ਼ ਦੇ ਵਿੱਚ ਛੂਆ ਛਾਤ ਕਤਲੇਆਮ ਵੱਡੇ ਪੈਮਾਨੇ 'ਚ ਦੁਨੀਆ ਕਰ ਰਹੀ ਹੈ, ਪਰ ਅਗਰ ਨਾਮ ਦਾ ਪੁਜਾਰੀ ਕੋਈ ਹੈ, ਸੱਚ ਦਾ ਵਪਾਰੀ ਹੈ ਤਾਂ ਮੇਰੇ ਕੋਲ ਆ ਕੇ ਉਹ ਲੈ ਸਕਦਾ ਹੈ, ਨਾਮਦਾਨ ਦੀ ਪ੍ਰਾਪਤੀ ਕਰ ਸਕਦਾ ਹੈ। ਇਹ ਗੁਰੂ ਮਹਾਰਾਜ ਜੀ ਨੇ ਸਾਨੂੰ ਫਰਮਾਇਆ। ਔਰ ਗੁਰੂ ਮਹਾਰਾਜ ਜੀ ਨੇ ਔਰ ਇਹ ਵੀ ਕਿਹਾ ਹੈ ਵੀ ਜੋ ਸ਼ਕਤੀ ਜੋ ਪੰਜ ਸ਼ਬਦ ਦਾ ਨਾਮ ਹੈ ਅਗਰ ਉਹ ਕਿਸੇ ਇਨਸਾਨ ਨੇ ਪ੍ਰਾਪਤ ਕਰਨਾ ਹੈ ਤਾਂ ਉਹਨੂੰ ਜੰਮ ਦਾ ਡਰ, ਜਮਦੂਦਾਂ ਦਾ ਡਰ, ਮਹਾਰਾਜ ਦਾ ਡਰ ਉਹ ਦੂਰ ਹੋ ਜਾਏਗਾ। ਕਿਉਂਕਿ ਜੋ ਅੱਜ ਦੇ ਧਰਮ ਦੇ ਵਪਾਰੀ ਹੈ
ਉਹ ਸਾਡੇ ਮਨਾਂ ਦੇ ਵਿੱਚ ਇੱਕ ਡਰ ਨੂੰ ਬਿਠਾ ਕੇ ਰੱਖਿਆ ਹੋਇਆ ਹੈ ਕਿ ਜੰਮ ਆਣਗੇ ਔਰ ਤੈਨੂੰ ਸਜ਼ਾ ਦੇਣਗੇ, ਤੈਨੂੰ ਲੈ ਕੇ ਚਲੇ ਜਾਣਗੇ। ਪਰ ਗੁਰੂ ਮਹਾਰਾਜ ਨੇ ਇਹ ਕਿਹਾ ਹੈ ਕਿ ਜੋ ਨਾਮ ਦਾ ਸੱਚ ਦਾ ਵਪਾਰੀ ਹੈ ਉਹ ਮੇਰੇ ਕੋਲ ਆਵੇ ਔਰ ਉਹਨੂੰ ਕਦੇ ਵੀ ਜਮਦੂਤ ਜੋ ਹੈ ਉਹਦਾ ਪੈ ਜਾਂ ਜੰਮ ਰਾਜ ਹੈ ਉਹਦਾ ਡਰ ਨਹੀਂ ਲੱਗੇਗਾ। ਜੋ ਇਹਦੇ ਵਿੱਚ ਸ਼ਕਤੀ ਹੈ, ਇਸ ਸ਼ਬਦ ਵਿੱਚ ਪਾਵਰ ਹੈ। ਔਰ ਨਾਲ ਹੀ ਸਮਾਜ ਨੂੰ ਇੱਕ ਚੇਤਾਵਨੀ ਵੀ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਵੀ ਜੋ ਕਸੁੰਭ ਹੈ, ਇੱਕ ਪੇੜ ਹੈ ਕਸੁੰਭ ਦਾ, ਉਹਦਾ ਜੋ ਰੰਗ ਹੁੰਦਾ ਉਹ ਬਹੁਤ ਫਿੱਕਾ ਹੁੰਦਾ। ਜੇ ਆਪਾਂ ਕਿਸੇ ਕੱਪੜੇ ਨੂੰ ਉਹਦਾ ਰੰਗ ਦੇ ਦਈਏ ਤਾਂ ਉਹ ਰੰਗ ਨਹੀਂ ਚੜ੍ਹਦਾ, ਉਹ ਨਹੀਂ ਚੜ੍ਹੇਗਾ ਔਰ ਜਲਦੀ ਉਤਰ ਜਾਏਗਾ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਇਆ ਹੈ ਵੀ ਅਸੀਂ ਕਸੁੰਭ ਦੇ ਰੰਗ ਨੂੰ ਛੱਡਦੇ ਹੋਏ ਅਸੀਂ ਉਹ ਮੇਰੇ ਰੰਗ ਮਜੀਠਕਾ ਕਹੋ ਰਵਦਾਸ ਚਮਾਰ, ਵੀ ਜਿਹੜਾ ਰੰਗ ਮਜੀਠ ਦਾ ਹੈ ਇਹ ਪੱਕਾ ਰੰਗ ਹੈ, ਜਦੋਂ ਇਹ ਇਨਸਾਨ ਨੂੰ ਚੜ੍ਹ ਜਾਣਾ ਹੈ, ਜਦੋਂ ਇਹ ਕੱਪੜੇ 'ਤੇ ਚੜ੍ਹ ਜਾਣਾ ਹੈ ਤਾਂ ਇਹ ਰੰਗ ਨਹੀਂ ਉਤਰਨਾ ਹੈ। ਇਹ ਗੁਰੂ ਮਹਾਰਾਜ ਨੇ ਸਾਨੂੰ ਆਪਣੀ ਬਾਣੀ ਦੇ ਵਿੱਚ ਫਰਮਾਇਆ। ਸੋ ਇਸ ਕਰਕੇ ਗੁਰੂ ਮਹਾਰਾਜ ਦੀ ਜੋ ਬਾਣੀ ਹੈ, ਜੋ ਉਹਨਾਂ ਦੇ ਸ਼ਬਦ ਹੈ, ਜੋ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਇਹਨਾਂ ਸ਼ਬਦਾਂ ਨੂੰ ਸੁਣ ਕੇ ਉਹ 'ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਸਮਾਜ ਬਹੁਤ ਹੀ ਬੁਰਾਈਆਂ 'ਚ ਫਸ ਚੁੱਕੇ ਹਾਂ। ਅੱਜ ਹਰੇਕ, ਜੇ ਆਪਾਂ ਪਿੰਡ ਦੀ ਗੱਲ ਕਰਦੇ ਹਾਂ, ਮੁਹੱਲੇ ਦੀ ਗੱਲ ਕਰਦੇ ਹਾਂ, ਜਾਂ ਆਪਾਂ ਕਿਸੇ ਹੋਰ ਸ਼ਹਿਰ ਦੀ ਗੱਲ ਕਰਦੇ ਹਾਂ, ਤਾਂ ਦੇਖਦੇ ਹਾਂ ਵੱਡੇ ਪੈਮਾਨੇ 'ਤੇ ਨੌਜਵਾਨ ਹੈ ਉਸ ਨਸ਼ਿਆਂ ਦੇ ਆਦੀ ਔਰ ਘਰ ਦੇ ਬਰਬਾਦੀ ਕਰ ਰਹੇ ਹੈ। ਔਰ ਉਸ ਨੂੰ ਜੇ ਆਪਾਂ ਇਹ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ, ਜਿਸ ਤਰ੍ਹਾਂ 'ਚ ਵੱਡੀ ਪੈਮਾਨੇ 'ਚ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਭਰੀ ਹੈ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਏ ਹੈ, ਜੇ ਆਪਾਂ ਇੱਥੇ ਆਏ ਹਾਂ ਗੁਰੂ ਘਰ ਦੇ ਦਰ 'ਤੇ ਆਏ ਹਾਂ, ਨਤਮਸਤਕ ਹੋਏ ਹਾਂ, ਆਪਾਂ ਇੱਥੇ ਕੁਛ ਲੈ ਕੇ ਜਾਣਾ ਹੈ ਔਰ ਕੁਛ ਛੱਡ ਕੇ ਜਾਣਾ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਦੀ ਬਾਣੀ 'ਚ ਸ਼ਬਦਾਂ ਦੇ 'ਚ ਸ਼ਕਤੀ ਹੈ, ਜੇ ਅਗਰ ਸੱਚੇ ਮਨ ਦੇ ਨਾਲ ਆਪਾਂ ਪ੍ਰੀਤ ਲਾ ਕੇ ਉਸ ਨੂੰ ਪੜ੍ਹੀਏ ਔਰ ਮਨ ਦੇ ਧਾਰ ਲਈਏ ਵੀ ਅਸੀਂ ਆਪਣੇ ਪਰਿਵਾਰ 'ਚ, ਆਪਣੇ ਘਰ 'ਚ ਸੁਖੀ ਦਾ ਮਾਹੌਲ ਦੇਖਣਾ ਚਾਹੁੰਦੇ ਹਾਂ, ਤਾਂ ਸਾਨੂੰ ਲੱਗਦਾ ਹੈ ਵੀ ਚਰਨ ਛੋ ਗੰਗਾ, ਜਿੱਥੇ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਗੰਗਾ ਚਲਾਈ ਹੈ, ਜਿੱਥੇ ਅੱਜ ਸਰੋਵਰ ਹੈ, ਵੱਡੇ ਪੈਮਾਨੇ 'ਤੇ ਸੰਗਤਾਂ ਆ ਕੇ ਇਸ਼ਨਾਨ ਵੀ ਕਰਦੀਆਂ ਔਰ ਜੋ ਜਲ ਹੈ ਉਹਨੂੰ ਘਰ ਲੈ ਕੇ ਜਾਂਦੀਆਂ ਔਰ ਆਪਣੇ ਪੱਕੇ ਮਨ ਦੇ ਇਰਾਦੇ ਦੇ ਨਾਲ ਉਸ ਨੂੰ ਰੱਬ ਦਾ ਅੰਮ੍ਰਿਤ ਸਮਝ ਕੇ ਉਹਨੂੰ ਇਸਤੇਮਾਲ ਕਰਦੀਆਂ, ਤਾਂ ਸਾਨੂੰ ਲੱਗਦਾ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਜ਼ਰੂਰ ਹਾਸਲ ਹੁੰਦੀ ਹੈ। ਕਿਉਂਕਿ ਅਸੀਂ ਇੱਥੇ ਦੇਖਿਆ ਲੋਕ ਆਉਂਦੇ ਹੈ, ਨਸ਼ਾ ਪੀ ਕੇ ਵੀ ਆਉਂਦੇ ਹੈ ਔਰ ਨਸ਼ਾ ਛੱਡਦੇ ਹੋਏ ਜਾਂ ਇੱਥੇ ਨਡੌਤ ਕਰਦੇ ਅਸੀਂ ਸੰਗਤਾਂ ਨੂੰ ਦੇਖਿਆ ਹੈ। ਜਦੋਂ ਉਹਨਾਂ ਨੂੰ ਪੁੱਛਦੇ ਹਾਂ ਉਹ ਇਹ ਗੱਲ ਕਹਿੰਦੇ ਹੈ ਵੀ ਅਸੀਂ ਬਹੁਤ ਜ਼ਿਆਦਾ ਨਸ਼ਾ ਕਰਦੇ ਸੀ, ਜਦੋਂ ਤੋਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇੱਥੇ ਦਾਖਲਾ ਲਿਆ ਹੈ, ਨਤਮਸਤ ਹੋਏ ਹੈ ਔਰ ਇੱਥੇ ਬਾਣੀ ਨੂੰ ਸੁਣਿਆ ਹੈ, ਤਾਂ ਅਸੀਂ ਉਸ ਨੂੰ ਨਸ਼ੇ ਨੂੰ ਤਿਆਗਿਆ ਹੈ, ਸਾਡਾ ਅਸੀਂ ਨਸ਼ੇ ਤੋਂ ਛੁਟਕਾਰਾ ਪਾਇਆ ਹੈ। ਇਸ ਕਰਕੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਆਏ ਹਾਂ ਔਰ ਅਰਦਾਸ ਲੈ ਕੇ ਆਏ ਹਾਂ ਵੀ ਜਿਸ ਤਰ੍ਹਾਂ ਸਾਡਾ ਭਲਾ ਹੋਇਆ ਹੈ ਹੋਰ ਸੰਗਤਾਂ ਦਾ ਵੀ ਭਲਾ ਹੋਵੇ, ਤਾਂ ਕਿ ਸਮਾਜ ਦੇ 'ਚ ਵੱਧ ਰਹੀਆਂ ਬੁਰਾਈਆਂ ਨੂੰ ਆਪਾਂ ਸਾਰੇ ਰਲ ਕੇ ਦੂਰ ਕਰ ਸਕੀਏ। ਇਹ ਬੁਰਾਈਆਂ ਗੁਰਬਾਣੀ ਰਾਹੀਂ ਦੂਰ ਹੋ ਸਕਦੀਆਂ ਹਨ, ਕਿਉਂਕਿ ਸਾਡੇ ਜੋ ਸੰਤ ਮਹਾਂਪੁਰਸ਼ ਹਨ ਉਹ ਬਹੁਤ ਵੱਡੇ ਪੈਮਾਨੇ 'ਚ, ਖਾਸ ਕਰਕੇ ਪੰਜਾਬ ਲੈ ਲਓ, ਵੱਡੇ ਪੈਮਾਨੇ 'ਚ ਜੋ ਬੋਲਬਾਲਾ ਹੈ ਗੁਰਬਾਣੀ ਦਾ, ਸੰਗਤਾਂ ਹਰ ਪਿੰਡਾਂ 'ਚ ਜਾ ਕੇ ਸਤਸੰਗ ਵੀ ਕਰਦੀਆਂ ਹੈ, ਸੰਗਤਾਂ ਨੂੰ ਸਮਝਾਉਂਦੀਆਂ ਵੀ ਹੈ ਔਰ ਗੁਰੂ ਮਹਾਰਾਜ ਨਾਲ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦੀਆਂ ਹੈ। ਪਰ ਬਦਕਿਸਮਤੀ ਸਾਡੀ ਹੈ ਵੀ ਅੱਜ ਵੱਡੇ ਪੈਮਾਨੇ ਦੇ ਵਿੱਚ ਜੋ ਨਸ਼ੇ ਦਾ ਦੌਰ ਹੈ ਉਹ ਵਗਦਾ ਹੈ। ਤੋ ਇਸ ਕਰਕੇ ਜੋ ਆਉਣ ਵਾਲੇ ਬੱਚੇ ਹੈ, ਜੋ ਸਕੂਲਾਂ 'ਚ ਪੜ੍ਹ ਰਹੇ ਹੈ, ਕਾਲਜਾਂ 'ਚ ਪੜ੍ਹ ਰਹੇ ਹੈ, ਜ਼ਰੂਰ ਸ਼ਿਕਸ਼ਾ ਮਾਸਟਰ ਉਹਨਾਂ ਨੂੰ ਦਿੰਦੇ ਹੈ, ਪ੍ਰਿੰਸੀਪਲ ਦਿੰਦੇ ਹੈ, ਪਰ ਆਪਾਂ ਕੋਸ਼ਿਸ਼ ਨਹੀਂ ਕਰਦੇ ਉਸ 'ਤੇ ਚੱਲੀਏ। ਕਿਉਂਕਿ ਇੱਕ ਵਾਰੀ
एक मास्टर जी अपने बच्चों नूं स्कूल दे विच पढ़ाते हुए उन्हां नूं इह शिक्षा दे रहे सी वी जे आपां उन्नती करनी है आपां अगे वधना चाहुंदे हां तां कुछ सानूं अपने आप तो अपने मन नूं मजबूत रख के मन नाल समझौता करके भी साडी भी जे अपनी अगे कोशिश वधन दी होए तां आपां अगे वध सकते हैं नहीं कोशिश आपां बणाउंदे तां नहीं वध सकते जे मन विच साडे च हौसला है कि मैं प्रिंसीपल बनना है मैं डॉक्टर बनना है मैं समाज की सेवा करनी है ये धारणा रोज़ आपां सोचांगे तां परमात्मा जो कुदरत है वह साथ दिंदी है। ये मास्टर जी बच्चों नूं समझा रहे सी उन्होंने बच्चों नूं कहा भी तीन कटोरियां लेके आओ बच्चे उठे और उन्होंने तीन कटोरियां ले आंदियां और तिन्ना कटोरियां नूं अलग अलग रख के एक कटोरी उन्होंने चीर के आलू पा दिते दूसरी कटोरी दे विच उन्होंने आंडा रख दिता तीसरी कटोरी दे विच उन्होंने चाह रख दिती चाह रख के उहदे च पानी पा दिता तिन्ने कटोरियां नूं जदों उन्होंने उबालिया 15-20 मिंटां दे विच जदों उन्होंने उबाल के बच्चों नूं समझाया एक बच्चे वल इशारा किया बेटे तू जो आलू वाली कटोरी है उसनू हथ ला के वेख भी तेनू किहो जिहा लगता है आलू चक के वेख जदों आलू नू उन्होंने बच्चे ने चक्या तां देखिया भी जोड़ा सख्त आलू सी वो नरम हो गया और वो बहुत पोला हो गया तां दूसरे पासे उन्हें बच्चे नू किया भी आंडे नू चक के देख जो आंडे नू देखिया तां अगे नालों अगे आंडा नॉर्मल सी तो वह आंडा सख्त हो गया और जदों तीसरी कटोरी वल बच्चे नू इशारा किया तो बच्चे ने देखिया भी जो चाह और पानी से घुल के उहदा एक रंग बदल गया और चाह दे रूप चो चाह बन गई और मास्टर जी ने यही गल समझाई भी आपां अलग अलग एक किस्म दे कटोरियां दे विच राशन पाया पर अपना वह तब्दील कर गया अपने रंग नू तब्दील कर गया अपने आप नू तब्दील कर गया क्योंकि एक कुदरत दा रुझान है। इस करके जे तुसी बच्चे हैं जे तुसी ये मन च बना लो असी तरक्की करनी है कोशिश करनी है तो यह कुदरत बदलने का मौका हरेक इंसान नूं दिंदी है कुदरत एक इहो जिहा मौका दिंदी है गुरबाणी एक इहो जिहा मौका दिंदी है परमात्मा एक इहो जिहा मौका दिंदा है हरेक इंसान नूं दिंदा है इंसान उस मौके नूं समझ के इंसान बदल जाता है पर जे असी कोशिश करिए साडे मन दे विच प्रेम होवे साडे मन दे विच पढ़न दा प्रेम होवे साडे मन दे विच ये अगे वधन दा प्रेम होवे साडे मन दे विच तरक्की करन दा प्रेम होवे तां ओह घर दी तकदीर नूं बदल लैंदा है। तो इस करके कुदरत दा नियम है असी कुदरत दे जो नियम है जो गुरु महाराज ने नियम बनाए है वह उन्हूं असी नशियां दे विच जां झूठ बोल के जां अपने गुरु की गल नूं ना मनना मास्टर की टीचर की गल नूं ना मनना क्योंकि जदों बच्चा स्कूल जाता है टीचर दे कोल जाता तो बच्चा नूं कुछ नहीं आउंदा हुंदा पर टीचर बड़ी मुश्किल दे नाल उन्हूं पहला जो सबक है पढ़ाउंदा है वह पहले सबक नूं पढ़ के बच्चा अपनी कोशिश करता है कोशिश करते करते वह मिडल तक जाता है मिडल तो बाद वह मैट्रिक करता है मैट्रिक तो बाद प्लस टू तो बाद अगे वध के वह अज IPS IAS बन जाता है और जदों वड्डियां पोस्टां ते विराजमान हो जाता है तां वह जो इंसान है वह गुरबाणी का जो तत्व है गुरबाणी की जो विचारधारा है उस विचारधारा दे चलते हुए अज अपने घर की तकदीर नूं बदल रहा है क्योंकि उहदे विच इक हौसला सी उहदे चों दसी हुई गुरु की गल सी उन्हें गुरु की अपनी की गल नूं मन्निया मास्टर की गल नूं मन्निया प्रिंसीपल की गल नूं मन्निया गल नूं मन के वह अज अगे वध गया और अगे वध के वह जो नशे दियां बुराइयां है साडे समाज दियां बुराइयां उहनूं सुलझाण दे विच और संगतां दे अगे ले जा के उहनां नूं समझाण दे विच लग्गिया होया जिस तरह गुरु महाराज जी ने यह सानूं हुक्म किया है भी अगर जे नाम सच दा नाम तुसीं प्राप्त करना है सच नाल ही अगे वधना चाहुंदे आ सच नूं ही रब नूं मनना चाहुंदे आ सच नूं ही रब रूपी भगवान कुदरत नूं मनना चाहुंदे आ तो वह रास्ता सिर्फ है तो केवल मेरे को ही है सतगुरु रविदास महाराज जी बाणी जी कह रहे हैं।
तो आपां उहदी बाणी नूं मनना है। गुरु महाराज की जो सानूं हुक्म दे के गए आ, जो सानूं समझा के गए आ, उहदी बाणी नूं मनदे होए आपां अगे चलना है, और चल के अपने ते जो बुराइयां है उहनूं दूर करना है, नशियां नूं दूर करना है, और जाके समझाणा है, और समझ के गुरु रविदास की जो बाणी है उहदा प्रचार प्रसार करन लई आपां अगे वधना है, तां कि समाज दे विच वड्डी आपां तब्दीली कर सकीए। ये सारयां दा फर्ज बनता है। तो गुरु महाराज जी ने कहा है, जिन्ना चिर जिस तरह टीचर ने बच्चों को समझाया है, जे अपने मन दे विच ये आवाज़ उठे, अपने मन दे विच ये प्रेम उठे, मैं अपने आप नूं बदलना है, अपने समाज नूं बदलना है, मैं तरक्की करनी है, तो जे मन च धारिया है, प्रेम किया है, बाणी नाल प्रेम किया है, गुरुआं दे नाल प्रेम किया है, टीचर पढ़ाने वाले नाल प्रेम किया है, तो वह कोई इहो जिहा रोड़ा नहीं है जिहड़ा तुहानूं रोक सके। तुसीं अगे वध के और गुरबाणी दे मुताबक तुसीं देश दी, समाज दी, भाईचारे दे विच तरक्की लिया के उच्ची पदवी हासिल कर सकते हैं। ये गुरु महाराज का फरमान है। जय गुरदेव, धन गुरदेव। गुरु प्यारी, गुरु सवारी, साध संगत जीओ, समूह आल इंडिया धर्म मिशन श्री गुरु रविदास इतिहासिक धर्म स्थान चरण छोह गंगा अमृतकुंड सचखंड साहब की कमेटी वालों सारिया संगतान नूं निम्रता सहित बेनती की जाती है कि गुरु घर दे विच कार सेवा आरंभ है। तो सारिया संगतान नूं बेनती है कि जिन्नी भी गुरु पातशाह ने आप जी ने समर्था बख्शिश की है उस नूं मुख रख के अपने परिवार की परवरिश करते हुए बच्चों की पढ़ाई का ख्याल रखते हुए जे आप जी के पास सतगुरु रविदास महाराज की कृपा है तो उस कुछ ना कुछ दसाऊ कढ के गुरु पातशाह के कार सेवा दे विच योगदान पा के सतगुरु रविदास महाराज का आशीर्वाद प्राप्त करो, अपने जन्म सफल करो जी। आद धर्म पत्रिका हिंदी ते पंजाबी मासिक की सहयोगी राशि 1 साल की 120 रुपये, संपादक नाचराम मान 94-171-244-54, सहायक संपादक अजीत राम खैतान, राम सिंह बद्दन। चंदा इस पते ते मनी आर्डर करो जी। श्री करमचंद, श्री गुरु रविदास इतिहासक धर्म अस्थान चरण छोह गंगा अमृतकुंड सचखंड खुरारगढ़ साहब, तहसील गढ़शंकर, डिस्ट्रिक्ट हुशियारपुर। ये प्रोग्राम तुहानू किस तरह का लगा तुसी अपनी राय इन्हां नंबरां ते दिओ। साढ़े नंबर हैं 98-51-27-630, 88-727-52-727, 97-796-27-888।